ਸਮਾਂ ਪੁਲਿਸ ਸਟੇਸ਼ਨ ਦੇ ਵਿੱਚ ਪਰਸੋਂ 6000 ਗੋਲੀਆਂ ਫੜੀਆਂ ਸੀ, ਕੇਸ ਰਜਿਸਟਰ ਕੀਤਾ ਸੀਗਾ। ਉਹਦੇ ਵਿੱਚ ਦੋ ਮੁਲਾਜ਼ਮ ਦੋ ਬੰਦੇ ਇਹਨਾਂ ਨੇ ਫੜੇ ਸੀਗੇ, ਜਿਹੜੇ ਬੰਦੇ ਦੋਸ਼ੀ ਸੀਗੇ। ਉਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਆਇਆ ਸੀਗਾ ਬੰਦਾ ਸੁਜੋਧਾ ਦਾ, ਉਹ ਕੱਲ੍ਹ ਨੋਮੀਨੇਟ ਕੀਤਾ ਗਿਆ ਸੀਗਾ। ਉਹਦੀ ਇਨਫੋਰਮੇਸ਼ਨ ਸੀ ਕੱਲ੍ਹ ਕਿ ਬਾਰਡਰ 'ਤੇ ਆਇਆ ਹੋਇਆ ਹੈਗਾ ਪੰਜਾਬ ਦੇ ਡਬਲ ਦੇ ਨਾਲ। ਉੱਥੇ ਅੱਜ ਸਵੇਰੇ ਇਹਨਾਂ ਰੇਡ ਕੀਤੀ ਸੀਗੀ, ਉਹਨੂੰ ਜਦੋਂ ਫੜਨ ਲੱਗਿਆ ਤਾਂ ਉਹ ਭੱਜ ਕੇ ਅੱਗੇ ਚਲਾ ਗਿਆ। ਜਦੋਂ ਗੱਡੀ ਦੇਖੀ ਇਹਨੇ ਅਤੇ ਇਹਨਾਂ ਨੇ ਪਿੱਛਾ ਕੀਤਾ ਤਾਂ ਉਹ ਪਿੰਡ ਦੇ ਵਿੱਚ ਚਲਾ ਗਿਆ, ਅਤੇ ਉੱਥੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਅਤੇ ਉਹਨਾਂ ਨੂੰ ਜਿਹੜਾ ਬੰਦਾ ਸੀਗਾ ਜਿਹੜਾ ਪਹਿਲਾਂ ਫੜਿਆ ਹੋਇਆ ਸੀਗਾ ਗਗਨਦੀਪ ਨਾਲ ਲੈ ਗਿਆ ਸੀ, ਉਹਨੂੰ ਵੀ ਛਡਾ ਲਿਆ।